ਦੀ 35 ਜਿਹੜੇ ਅਨੁਪਛਤੇ ਵਿਅਕਤੀ ਨੇ ਅਲਾਵਲਪੁਰ ਪੱਟੇ ਦੇ ਉੱਤੇ ਜਿਹੜੇ ਲੜਾਕੂ ਮੁਰਗੇ ਹੁੰਦੇ ਆ ਇਹਨਾਂ ਦੀਆਂ ਸ਼ਰਤਾਂ ਲਾਉਂਦੇ ਨੇ ਕੋਈ 2 ਲੱਖ ਦੀ ਕੋਈ 4 ਲੱਖ ਦੀ ਕੋਈ 6 ਲੱਖ ਦੀ ਪੁਲਿਸ ਪਾਰਟੀ ਨੇ ਉੱਥੇ ਜਾ ਕੇ ਪੱਟੇ ਤੇ ਰੇਡ ਕੀਤਾ ਜਦੋਂ ਇਹਨਾਂ ਨੇ ਵੇਖਿਆ ਕਿ ਸਰਕਾਰੀ ਗੱਡੀ ਆ ਰਹੀ ਹੈ ਕੁਝ ਦੇ ਆਪਣੇ ਮੁਰਗੇਰ ਲੈ ਕੇ ਭੱਜ ਗਏ ਪਰ ਕੁਝ ਜਿਹੜੇ ਅਜੇ ਜਦਾਂ ਦੀਆਂ ਲੜਾਈਆਂ ਹੋ ਰਹੀਆਂ ਸੀ ਉਹ ਉੱਥੇ ਦੇ ਉੱਥੇ ਹੀ ਰਹਿ ਗਏ ਸਾਰੇ ਭੱਜ ਗਏ ਤੇ ਇਹਨਾਂ ਦੇ ਵਿੱਚੋਂ ਟੋਟਲ ਸਾਨੂੰ ਲੜਾਕੂ ਮੁਰਗੇ ਜਿਹੜੇ ਉਹ 2 ਲੜਾਕੂ ਮੁਰਗੇ ਰਿਕਵਰ ਹੋਏ ਨੇ ਬੰਦਾ ਅਜੇ ਕੋਈ ਗ੍ਰਿਫਤਾਰ ਨਹੀਂ ਹੋਇਆ ਜਿਹੜੀਆਂ ਨਦੀਆਂ ਬਾਜ਼ੀਆਂ ਵਾ ਮੁਖਬਰ ਦੇ ਦੱਸਣ ਦੇ ਮੁਤਾਬਕ ਇੱਕ ਟੋਟਾ-ਟੋਟ 12 ਤੋਂ 13 ਲੱਖ ਰੁਪਈਆ ਆਪ ਡਾਊਨ ਹੁੰਦਾ ਇਹਦੇ ਵਿੱਚ ਤੇ ਸਾਡੀ ਸੀਆਈਏ ਦੀ ਟੀਮ ਜਿਹੜੀ ਆ ਉਹ ਛਕੀ ਦੇ ਭੇੜੇ ਪੁਰਸ਼ਾਂ ਦੇ ਸਬੰਧ ਦੇ ਵਿੱਚ ਬਾਅਦ ਚੀਜ਼ ਤੇ ਬਖਬਰ ਨੇ ਸਾਡੀ ਟੀਮ ਦੇ ਐਸਆਈ ਜਗਤਾਰ ਸਿੰਘ ਐਸਆਈ ਸਤਨਾਮ ਸਿੰਘ ਐਸਆਈ ਰਵਿੰਦਰ ਕਾਲੀਆ ਐਸ ਐਸਆਈ ਕਮਲ ਕਮਲਕਿਸ਼ੋਰ ਔਰ ਹੋਰਸ ਜਿਹੜੇ ਇਹਨਾਂ ਦੇ ਨਾਲ ਹੀ ਐਸਆਈ ਸੁਚਾ ਸਿੰਘ ਇਹ ਜਿਹੜੇ ਲਾਗੇ ਖੜੇ ਸੀ ਤੇ ਲਹਿਲ ਦੇ ਵਿੱਚ ਪਿੰਡ ਲੇਲਾ ਦੇ ਜਿਹੜੇ ਦੋਸ਼ੀ ਆ ਕਾਕਾ ਮਸੀ ਇੱਕ ਬਿੱਟੂ ਆ ਵਾਸੀ ਕਾਨੋਆਣ ਲੱਜਾ ਵਾਸੀ ਠਵਾਲ ਸ਼ੇਰਾ ਵਾਸੀ ਰੋਸਾ ਪਗੀਵਾ ਟੀਚੂ ਜੰਮੂ ਤੋਂ ਔਰ ਮੱਕਾ ਵਾਸੀ ਬਰੀਾਰ ਰਾਜਵੀਰ ਸਿੰਘ ਦੀ ਪੂ ਪਲਵਾਨ ਰੋਟ ਮਹਿਰਾ ਗੁੱਲੂ ਵਾਸੀ ਸ਼ੀਨਾਬੇਟ ਔਰ ਕਾਕੇ ਦੇ ਦੋਸਤ ਬਿੰਦਾਸ ਸਾਭੀ yogi ਇਹ ਜੋ ਹੋਰ 30 35 ਜਿਹੜੇ ਅਣਪਛਤੇ ਵਿਅਕਤੀ ਨੇ ਅਲਾਵਲਪੁਰ ਪੱਠੇ ਦੇ ਉੱਤੇ ਮੁਰਗੀਆਂ ਜਿਹੜੇ ਲੜਾਕੂ ਮੁਰਗੇ ਹੁੰਦੇ ਆ ਇਹਨਾਂ ਦੀਆਂ ਸ਼ਰਤਾਂ ਲਾਉਂਦੇ ਨੇ ਤੋਈ 4 2 ਲੱਖ ਦੀ ਕੋਈ 4 ਲੱਖ ਦੀ ਕੋਈ 6 ਲੱਖ ਦੀ ਇਸ ਸਬੰਧ ਦੇ ਵਿੱਚ ਜਦੋਂ ਇਨਫਾਰਮੇਸ਼ਨ ਮਿਲੀ ਤੇ ਪੁਲਿਸ ਪਾਰਟੀ ਨੇ ਉੱਥੇ ਜਾ ਕੇ ਪੱਠੇ ਤੇ ਰੇਡ ਕੀਤਾ ਪੱਠੇ ਦਾ ਜਿਹੜਾ فاਸਲਾ ਸੀ ਪਿੰਡ ਤੋਂ ਉਹ ਕਾਫੀ ਦੂਰ ਸੀ ਤੇ ਦੂਰ ਤੱਕ ਗੱਡੀਆਂ ਲੱਭਦੀਆਂ ਸੀ ਜਦੋਂ ਇਹਨਾਂ ਨੇ ਵੇਖਿਆ ਕਿ ਸਰਕਾਰੀ ਗੱਡੀ ਆ ਰਹੀ ਹੈ ਕੁਝ ਨੇ ਆਪਣੇ ਮੁਰਗੇ ਲੈ ਕੇ ਭੱਜ ਗਏ ਤੇ ਕੁਝ ਜਿਹੜੇ ਅਜੇ ਜਿੰਨੀਆਂ ਲੜਾਈਆਂ ਹੋ ਰਹੀਆਂ ਸੀ ਉਹ ਉੱਥੇ ਦੇ ਉੱਥੇ ਹੀ ਰਹਿ ਗਏ ਜਦੋਂ ਸਾਰੇ ਭੱਜ ਗਏ ਤੇ ਇਹਨਾਂ ਦੇ ਵਿੱਚੋਂ ਟੋਟਲ ਸਾਨੂੰ ਲੜਾਕੂ ਮੁਰਗੇ ਜਿਹੜੇ ਉਹ 22 ਲੜਾਕੂ ਮੁਰਗੇ ਰਿਕਵਰ ਹੋਏ ਨੇ ਬੰਦਾ ਅਜੇ ਕੋਈ ਗ੍ਰਫਤਾਰ ਨਹੀਂ ਹੋਇਆ ਇਹ ਜਿਨ੍ਹਾਂ ਦੇ ਨਾਂ ਦੱਸੇ ਨੇ ਇਹ ਕੀ ਕਰਦੇ ਨੇ ਵੀ ਇਹ ਜਿਹੜਾ ਕਾਕਾਵਾਸੀ ਲੇਹਲ ਤੇ ਜਿਹੜਾ ਟੀ2 ਆਵਾਸੀ ਬੋਲੀਂਦਰਜੀਤ ਬਟਾਲੇ ਦਾ ਇਹ ਲੋਕਾਂ ਨੂੰ ਇਕੱਠੇ ਕਰਦੇ ਨੇ ਮੁਰਗਬਾਜ਼ਾਂ ਨੂੰ ਤੇ ਉੱਥੇ ਬੁਲਾਉਂਦੇ ਨੇ ਔਰ ਇਹ ਜਿਹੜੀਆਂ ਸ਼ਰਤਾਂ ਜਿੱਦਾਂ ਹੁਣ ਕਿਸੇ ਦੀ 2 ਲੱਖ ਦੀ ਸ਼ਰਤ ਲੱਗੀ ਆ ਜਦੋਂ ਬੰਦਾ 2 ਲੱਖ ਦੀ ਸ਼ਰਤ ਜਿੱਤ ਗਿਆ ਉਹਦੇ ਵਿੱਚੋਂ 20000 ਰੁਪਿਆ ਇਹ ਜਿਹੜਾ ਵਾ ਉਹ ਖਰਚੇ ਦਾ پولیس ਦੇ ਨਾਂ ਤੇ ਘੜਦੇ ਸੀ ਇਸ ਤਰ੍ਹਾਂ ਜਿਹੜੀਆਂ ਇਹਨਾਂ ਦੀਆਂ ਬਾਜ਼ੀਆਂ ਵਾ ਮੁਖਬਰ ਦੇ ਦੱਸਣ ਦੇ ਮੁਤਾਬਕ ਇੱਕ ਟੋਟਾ-ਟੋਟਾ 12 ਤੋਂ 13 ਲੱਖ ਰੁਪਇਆ ਆਪ ਡਾਊਨ ਹੁੰਦਾ ਇਹਦੇ ਵਿੱਚ ਔਰ ਮੋਟੀਆਂ ਸ਼ਰਤਾਂ ਲੱਗਦੀਆਂ ਇਸੇ ਸਬੰਧ ਦੇ ਵਿੱਚ ਇਹਨਾਂ ਨੂੰ ਫੜ ਕੇ ਮਕਦਮਾ ਨੰਬਰ 86 ਗੈਮਲਿੰਗ ਐਕਟ 13367 ਅਤੇ ਕਿਊਰਿਟੀ ਐਕਟ 11 ਕਿਊਰਿਟੀ ਐਕਟ ਜਿਹੜਾ ਜਾਨਵਰਾਂ ਨੂੰ ਬੇਦੋਸ਼ੀਆਂ ਨੂੰ ਮਰਵਾਣਾ ਇਹਨਾਂ ਦੇ ਛਟਾ ਲਵਾਉਣੀਆਂ ਇਹਨਾਂ ਦੀਆਂ ਲੜਾਈਆਂ ਕਰਾਉਣੀਆਂ ਦੇ ਵਿੱਚ ਪਰਚਾ ਦਰਜ ਕੀਤਾ ਗਿਆ ਵਾ ਇਹ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਇਹਨਾਂ ਨੂੰ ਜੇਲ੍ਹ ਚ ਭੇਜਿਆ ਜਾਵੇਗਾ